ਰਹਿਮਾਨ ਰਹੀਮ, ਅਸਲਾਮ ਵਾਲੇਕਮ ਦੋਸਤੋ, ਤੁਸੀਂ ਵੇਖ ਰਹੇ ਹੋ ਅਨਮੋਲ ਪੰਜਾਬ ਟੀਵੀ, ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਅਮਨ। ਦੋਸਤੋ, ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਅਤੇ ਨਾਲ ਲੱਗੀ ਵੀ ਘੰਟੀ 'ਤੇ ਬਟਨ ਦਬਾਓ ਤਾਂ ਕਿ ਸਾਡੀ ਲੇਟੈਸਟ ਔਰ ਬਿਹਤਰੀਨ ਵੀਡੀਓ ਨੋਟੀਫਿਕੇਸ਼ਨ ਸਾਡੇ ਤੱਕ ਸਭ ਤੋਂ ਪਹਿਲੇ ਤਾਂ ਬਸ ਨਹੀਂ ਪਹੁੰਚ ਸਕੇ ਨਾ ਅੱਜ ਅਸੀਂ ਅਨਮੋਲ ਚੈਨਲ 'ਤੇ। ਤੀਜਨ ਮਾਈ ਦੀ ਵੀਡੀਓ ਲੈ ਕੇ ਆਉਣਾ, ਤੀਸਰਾ ਸੁਬਾਹ ਜਨਾਬ ਮਾਈ ਸਹੀ ਵੀ ਪਿੱਛੇ 'ਤੇ ਕੱਟਿਆ ਜੀ, ਅਤੇ ਬਿਲਕੁਲ ਤਾਜ਼ਾ ਸਹੀ ਜਨਾਬ, ਪੂਰਾ ਥੱਬੇ ਦਾ ਮਾਈ ਖੁਲਾਉਣਾ ਹੈ। 16 ਸੇਲ ਦੀ ਜਨਾਬ ਮਾਲਕਾਂ ਦੀ ਗਰੰਟੀ ਹੈ, ਕੋਈ ਇੱਥੇ ਦੋਸਤ ਸੌਦਾ ਕਰਦਾ ਮੌਕੇ 'ਤੇ ਹੱਥ ਹੋ ਸਕਦੇ ਨਾ ਗੱਲ ਜੀ। ਠੀਕ ਹੈ, 16 ਕਿਲੋ ਦੀ ਜਨਾਬ ਮਾਲਕਾਂ ਦੀ ਗਰੰਟੀ ਹੈ, 8 ਕਿਲੋ ਇੱਕ ਟਾਈਮ ਦਾ ਜਨਾਬ ਬੱਚਨ ਛੱਡ ਤੇ, ਬੱਚਨ ਛੱਡ ਤੇ ਇੱਕ ਟਾਈਮ ਦਾ 8 ਕਿਲੋ ਦੁੱਧ ਜਨਾਬ ਚੁਆ ਸਕਦੇ ਮਾਲਕ ਗਰੰਟੀ ਦੇ ਨਾਲ। ਔਰ ਪਿਓਰ ਨੀਲੀ ਦੀ ਮਾਛਲਾ ਚੋਟੀ, ਔਰ ਗਰੀਬ ਦੇ ਵਿਹੜ ਜਿੰਨਾ ਚੌੜਾ ਪਿੱਠਾ ਜਨਾਬ ਮਾਝ ਦਾ, ਔਰ ਤਰੀਕ ਚਮੜੀ ਦੀ ਹੈ ਜੀ, ਛੱਡ ਤੇ ਥੋੜ੍ਹਾ ਟੋਰੋ ਹੰਟੋਲ ਤੇ ਖਾਵਾ ਜੀ। ਪਿੱਛੇ ਦੇ ਕੱਟਿਆ ਕਿੰਨੇ ਕੁ ਦਿਨਾਂ ਦੀ ਸਹੀ? 6 ਦਿਨ ਹੋ ਗਏ, ਸਹੀ ਨਾ ਚੈੱਕ ਕਰੋ ਜਨਾਬ, ਜ਼ਮੀਨ ਨਾਲ ਪੁੱਛਣ ਲੱਗ ਰਹੀ, ਪੂਰਾ ਥੱਬੇ ਦਾ ਜਨਾਬ ਹਵਾਨਾ ਜਨਾਬ ਮੱਝ ਕੋਲ ਜਨਾਬ, ਤੀਸਰੇ ਸੂਬੇ 'ਚ ਹੈ ਦੁੱਧ ਦੀ ਮਾਲਕਾਂ ਦੀ 16 ਸੇਲ ਦੀ ਗਰੰਟੀ ਹੈ ਜੀ। ਕਰੋ ਕੱਦ ਕਾਠ ਬੜਾ ਜਨਾਬ, ਲਾਮ ਬੜੀ, ਔਰ ਪਿਓਰ ਨੀਲੀ ਦੀ ਜਨਾਬ ਹੈ, ਥੱਬੇ ਦਾ ਹਵਾਨਾ ਜਨਾਬ ਮੱਝ ਕੋਲ। ਕਰੋ ਜੀ ਮਾਸ਼ਾਅੱਲਾ ਦੇ ਜਿਹੜੇ ਕਮੈਂਟ ਨੇ ਉਹ ਜਨਾਬ ਲਾਜ਼ਮੀ ਕਰ ਦੇਣ, ਮੁੱਠ ਭਰ ਥਾਨ ਗੱਡੀਆਂ ਦਾ ਲੱਗਿਆ ਜਨਾਬ, ਵਿਰਲਾਂ ਵੀ ਚੈੱਕ ਕਰੋ ਪੂਰੀਆਂ ਨੇ, ਪਿੱਛੇ ਨੇ ਕੱਟਾ ਕੱਟਾ ਕਿਹੜਾ ਜੀ, ਪਿੱਛੇ ਖਾਓ ਪਿੱਛੇ ਦੇ ਕੱਟਾ ਜੀ, 6 ਦਿਨ ਹੋ ਗਏ ਸਹੀ ਨੂੰ। ਅੱਜ ਤਾਂ ਉਹ ਮੁੱਲ ਦੀ ਗੱਲਬਾਤ ਵੀ ਕਰੀਏ ਸਾਰੀ ਜਗ੍ਹਾ। ਕਰੋ ਜੀ ਅੱਜ ਤੁਹਾਡੀਆਂ ਅੱਖਾਂ ਦੇ ਸਾਹਮਣੇ ਜੀ, ਅਸਲਾਮ ਵਾਲੇਕਮ ਜੀ। ਵਾਲੇਕਮ ਸਲਾਮ ਜੀ, ਕੀ ਨਾਂ ਹੈ ਜੀ? ਅਜੀ ਅਰਸ਼ਦ ਮੇਰਾ ਨਾਮ। ਹਾਂਜੀ ਅਰਸ਼ਦ, ਅਜੀ ਅਰਸ਼ਦ ਸਾਹਿਬ, ਗੱਲ ਹੈ ਮੱਝ ਆਪਣੀ ਵਿਖਾਈਏ, ਤੁਸੀਂ ਕਿਹਾ ਵੀ ਸੁਬਾ ਤੀਸਰਾ ਸੀ, ਤੀਸਰਾ ਸੀ, ਠੀਕ ਹੋ, ਕਿੰਨੇ ਕੁ ਦਿਹਾੜੇ ਹੋ ਗਏ ਸਹੀ? ਦਿਹਾੜੇ ਹੋ ਗਏ ਨਾ 6 ਕੁ ਦਿਨ ਹੋ ਗਏ ਨੇ, ਤੇ ਕਿੰਨਾ ਕੁ ਆਪਾਂ ਜਿਹੜਾ ਦੁੱਧ ਚੋਣੇ ਪਏ ਪੱਕਾ ਥਾਂ ਛੱਡਤੇ, ਤੇ ਦੁੱਧ 7 ਸਿਰ ਅਸੀਂ ਚੋਂਦੇ ਹੀ ਗੜੀਆਂ ਨੇ ਮਨਾ ਦਿਆਂਦੇ ਸਾਰੀ, ਮੈਂ ਚੋਵੇਂਦਾ ਤੇ 8 ਸਿਰ ਤੋਂ ਬਾਅਦ ਹੋਵੇਗਾ, ਠੀਕ ਹੋ ਗਿਆ। ਅੱਛਿਵਾਂ ਦੇ 7 ਸਿਰ ਗੜਵੀ ਨਾਲ ਉਸ ਲਈ 7 ਤੋੜ ਲਏ, ਇੱਕ ਥਣ ਛੱਡ ਤੇ ਬੱਚਨ ਛੱਡ ਤੇ ਤਕਰੀਬਨ 14 ਕਿਲੋ ਦੁੱਧ ਚਵਾ ਸਕ, 14 ਕਿਲੋ ਚਵਾਵਾਂਗੇ, ਠੀਕ ਹੈ, ਨਿਚੋੜ ਚੋਈ ਤੇ ਮੁੜ 16 ਕਿਲੋ, 16 ਤੋਂ ਵੀ ਗਣਿਆ, ਠੀਕ ਹੋ ਗਿਆ। ਇਹਨੇ ਦੁੱਧ ਦੀ ਆਪਣੀ ਗਰੰਟੀ ਅਸੀਂ ਗਰੰਟੀ ਯਾਰ ਚੋ ਲਵੇ ਜਿਹਨੇ ਦਿਲ ਕਰੇ, ਹਾਂ ਬਿਲਕੁਲ, ਸੌਦਾ ਕਰਦਾ ਇੱਥੇ ਮੌਕੇ ਸਲੀ ਕਰਤੇ ਜਾ ਸਕਦਾ, ਸਲੀ ਕਰੇ, ਠੀਕ ਹੋ, ਬਾਕੀ ਥਣਾ ਛਣਾ ਨਿਕਲ ਹੀ ਇਹਦੇ ਕੋਈ ਦਾਗ ਹੋਰ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ, ਪੂਰੀ ਭੋਗ ਰੰਗੀ, ਠੀਕ ਹੋ, ਗਰੰਟੀ ਅਸੀਂ ਹਰ ਚੀਜ਼ ਦੀ, ਮੋਟਰ ਨਾਲੋਂ ਪਹਿਲੇ ਮੈਂ ਬਾਲਟੀ ਭਰੇਗੀ, ਠੀਕ ਹੋ ਗਿਆ। ਆਪਣਾ ਜਿਹੜਾ ਡਿਮਾਂਡ ਕੀ ਹੁੰਦੀ ਬਿਲਕੁਲ ਜਿਹੜੀ ਫਾਈਨਲ ਤੇ ਪਿਆਰ ਨਾਲ ਬਤਾ, ਡਿਮਾਂਡ ਤਾਂ ਮੰਗਦਾ ਮੈਂ 4,20,000 ਰੁਪਇਆ, ਠੀਕ ਹੋ, ਕਹਿੰਦੇ ਫਾਈਨਲ ਜੀ ਗੱਲ ਕਰੋ ਕਿਨੇ ਦੇ, ਫਾਈਨਲ ਆਪਾਂ ਮੈਂ ਦਿਆਂ 4 ਦੀ, 4 ਦੀ, ਮੈਂ ਤਾਂ ਕਹਿੰਦਾ ਚਾਚਾ ਕੋਈ ਹੋਰ ਗੰਜਾਇਸ਼ ਕੱਢ, 4-10 ਘੱਟ ਕਰ ਲਵਾਂਗਾ, 3-90, ਹਾਂਜੀ, ਕੋਈ ਫਾਈਨਲ ਜਾ ਹੋਰ ਨਹੀਂ ਹੋ ਜਾ, ਫਾਈਨਲ ਯਾਰ ਜੇ ਆ ਜਾਦਾ ਜਿਵੇਂ ਵੀ ਆਖੋ ਨੇ ਆਪਾਂ ਕਰ ਲਵਾਂਗਾ, ਠੀਕ ਹੋ ਗਿਆ, 4-90 ਹੋ ਜਾ ਸੀ, 3-90 ਹੋਰ ਹੀ ਹੋ ਜਾ ਸੀ, ਹਾਂਜੀ, ਠੀਕ ਹੋ ਗਿਆ। ਲਓ ਬਾਈ ਜਾਂ ਡਿਮਾਂਡ ਤੁਸੀਂ ਮਾਲਕਾਂ ਦੀ ਸੁਣ ਲਈਏ, 4,20,000 ਰੁਪਏ ਜਨਾਬ ਡਿਮਾਂਡ ਹੈ ਮਾਲਕਾਂ ਦੀ, 3,90,000 ਰੁਪਏ ਫਾਈਨਲ ਨੇ। ਅਗਰ ਕੋਈ ਦੋਸਤ ਇੱਥੇ ਮੌਕੇ 'ਤੇ ਚੱਲਦੇ ਆਉਂਦਾ ਇੱਥੇ ਆਇਆ ਤਾਂ ਹੋਰ ਵੀ ਜਨਾਬ ਕਦਰ ਲਿਆ ਜੋ ਸੀਦਾ, ਅਗਰ ਮੱਝ ਕੇ ਸਾਡੇ ਵੀਰ ਭਾਈ ਨੂੰ ਪਸੰਦ ਆਈ ਤੁਹਾਡਾ ਰਾਬਤਾ ਨੰਬਰ ਹੈ ਜੀ, ਜੋ ਤੁਸੀਂ 9,75,000 ਇਸ ਨੰਬਰ 'ਤੇ ਵਟਸਐਪ ਬਣੀ ਹੋਈ, ਅਸੀਂ ਉਮੀਦ ਕਰਦੇ ਹਾਂ ਕਿ ਅੱਜ ਵੀਡੀਓ ਸਾਡੇ ਦੋਸਤਾਂ ਨੂੰ ਯਾਰ ਪਸੰਦ ਆਈ, ਵੀਡੀਓ ਪਸੰਦ ਆਵੇ ਲਾਈਕ ਸ਼ੇਅਰ ਲਾਜ਼ਮੀ ਕਰਨੀ, ਮਿਲਾਂ ਕੱਛੇ ਲਾਜਵਾਬ ਦੇ ਨਾਲ ਆਪਣੇ ਮੇਜ਼ਬਾਨ ਸ਼ਬੀਰ ਅਮਨ, ਅੱਲਾ ਹਾਫਿਜ਼।